ਰਾਮਪੁਰਾ ਫੂਲ ਦੇ ਪਿੰਡ ਗੁਰੂਸਰ ਦਾ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ, ਜਿੱਥੇ ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਇਸ ਪਰਿਵਾਰ ਲਈ ਗਮ 'ਚ ਬਦਲ ਗਈਆਂ ਜਦੋਂ ਮਹਿਜ਼ 200 ਰੁਪਏ ਪਿੱਛੇ ਇਸ ਪਰਿਵਾਰ ਦੇ ਨੌਜਵਾਨ ਗੋਬਿੰਦ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਛਾਤੀ 'ਚ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਨੇ ਆਪਣੇ ਪਿੰਡ ਦੇ ਹਰਬੰਸ ਸਿੰਘ ਪਾਸੋਂ ਕਰੀਬ 200 ਰੁਪਏ ਦੀ ਸਬਜ਼ੀ ਉਧਾਰ ਲਈ ਸੀ ਅਤੇ ਹਰਬੰਸ ਸਿੰਘ ਮ੍ਰਿਤਕ ਤੋਂ ਉਹ ਪੈਸਿਆਂ ਦੀ ਮੰਗ ਕਰਦਾ ਸੀ ਤੇ ਕਿਸੇ ਕਾਰਨਵਸ਼ ਗੋਬਿੰਦ ਪੈਸੇ ਨਹੀਂ ਦੇ ਪਾਇਆ, ਜਿਸ ਦੀ ਰੰਜਿਸ਼ ਦੇ ਚੱਲਦੇ ਬੀਤੀ ਰਾਤ ਕੰਮ ਤੋਂ ਵਾਪਸ ਘਰ ਦੀਵਾਲੀ ਮਨਾਉਣ ਆਏ ਗੋਬਿੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇ ਹੁਣ ਤਿਉਹਾਰਾਂ ਦੇ ਦਿਨਾਂ 'ਚ ਇਸ ਪਰਿਵਾਰ ਦੇ ਘਰ ਗਮ ਦਾ ਮਾਹੌਲ ਹੈ ਤੇ ਇਹ ਤਮਾਮ ਇਲਜ਼ਾਮ ਤੁਸੀਂ ਖੁਦ ਪਰਿਵਾਰਕ ਮੈਂਬਰਾਂ ਦੇ ਮੂੰਹੋਂ ਸੁਣ ਲਓ। ਇਹਨਾਂ ਨੂੰ ਜਦੋਂ ਇਹ ਕਹਿੰਦੀਆਂ ਚਾਚਾ ਕੀ ਹੋ ਗਿਆ ਤੇ ਇਹਨਾਂ ਦੇ ਵੀ ਡਲਾ ਮਾਰਿਆ ਤੇ ਮੁੜ ਕੇ ਉਹਨੇ ਬਾਰ ਲਾ ਲਿਆ ਤੇ ਮਾਰ ਕੇ ਸੱਟ ਗਏ, ਬਸ ਖੰਜਰ ਮਾਰੀ ਆ ਢਿੱਡ 'ਚ। ਮੌਕੇ ਦੀ ਮੌਤ ਹੋ ਗਈ? ਹਾਂ ਉਹਦੀ ਹੋ ਗਈ, ਭਾਬੀ ਨੂੰ ਖੂਨ ਲਾ ਦਿੱਤਾ, ਮੇਰੇ ਕੋਲ ਹੱਥ ਨੇ 5 ਵਜੇ ਆਇਆ। ਉੱਥੇ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਵੀ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਦੀ ਭਾਲ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇੱਕ ਗੋਬਿੰਦ ਸਿੰਘ ਨਾਂ ਦਾ ਮੁੰਡਾ ਹੈਗਾ, 24 ਸਾਲ ਦਾ, ਪਿੰਡ ਗੁਰੂਸਰ ਦਾ। ਇਹਨੇ ਨਾ ਇੱਕ ਜਿਹੜਾ ਦੋਸ਼ੀ ਧਰ ਹੈਗੀ ਹਰਬੰਸ ਸਿੰਘ ਆ, ਉਹਦੇ ਕੁਛ ਪੈਸੇ ਦੇਣੇ ਸੀਗੇ, ਸਬਜ਼ੀ ਸੁਬਜ਼ੀ ਦੇ 200-300 ਰੁਪਏ ਦੇ ਲਗਭਗ। ਤਾਂ ਉਹ ਮਹੀਨੇ ਕੁ ਦੀ ਗੱਲ ਹੈਗੀ ਹੈ, ਇਹਨੇ ਉਹਦੇ ਪੈਸੇ ਨਹੀਂ ਦਿੱਤੇ। ਇਹ ਬੰਦਾ ਇਸ ਗੱਲ ਤੋਂ ਖਫਾ ਸੀਗਾ। ਇਹਨੇ ਕੱਲ੍ਹ ਸ਼ਾਮ ਨੂੰ ਕਰੀਬ 5:30 ਵਜੇ ਘਰ ਜਾ ਕੇ ਇਹਨੇ ਅਤੇ ਇਹਦੇ ਲੜਕੇ ਨੇ ਮੋਟਰਸਾਈਕਲ 'ਤੇ ਜਾ ਕੇ ਜਿਹੜਾ ਹੈਗਾ ਗੋਬਿੰਦ ਸਿੰਘ ਦਾ ਜਾ ਕੇ ਉਹਦੇ ਘੋਖ ਮਾਰ ਕੇ ਉਹਦਾ ਮਰਡਰ ਕਰਤਾ ਹੈ। ਅਸੀਂ ਇਸ ਸੰਬੰਧੀ ਜਿਹੜਾ ਹੈਗਾ ਗੋਬਿੰਦ ਸਿੰਘ ਦੇ ਭਰਾ ਦੇ ਬਿਆਨ 'ਤੇ ਮੁਕੱਦਮਾ ਅਧੀਨ ਧਾਰਾ 302-452 IPC ਦਾ ਥਾਣਾ ਦਿਆਲਪੁਰਾ ਦਰਜ ਕਰ ਦਿੱਤਾ, ਤਫਤੀਸ਼ ਕਰ ਰਹੇ ਹਾਂ, ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜਾ ਹੈਗਾ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਲਈ ਅਸੀਂ ਪੁਰਜ਼ੋਰ ਅਤੇ ਬਹੁਤ ਹੀ ਤਰੀਕੇ ਨਾਲ ਜਿਹੜਾ ਹੈਗਾ ਉਪਰਾਲੇ ਕਰ ਰਹੇ ਹਾਂ। ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਉਹਨਾਂ 'ਚ। ਹੈਰਾਨਗੀ ਦੀ ਹੱਦ ਨਹੀਂ ਰਹਿੰਦੀ ਇਸ ਮਾਮਲੇ ਬਾਰੇ ਸੁਣ ਕੇ, ਜਿੱਥੇ ਮਹਿਜ਼ 100-200 ਰੁਪਏ ਪਿੱਛੇ ਇੱਕ ਨੌਜਵਾਨ ਦੀ ਜਾਨ ਲੈ ਲਈ ਗਈ, ਉਸਦਾ ਕਤਲ ਕਰ ਦਿੱਤਾ ਗਿਆ। ਖੈਰ, ਬਾਕੀ ਇਹ ਪੂਰਾ ਮਾਮਲਾ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋਵੇਗਾ। ਭਗਤਾ ਭਾਈ ਤੋਂ ਬਿੰਦਰ ਜਲਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਆ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ ਮਿਊਜ਼ਿਕ TV ਚੈਨਲ।